ਬਲਵਿੰਦਰ ਜੀ, ਪਹਿਲਾਂ ਤਾਂ ਮੈਨੂੰ ਐਂ ਦੱਸੋ ਕਿ ਤੁਸੀਂ ਪੰਜਾਬ ਦੇ ਵਿੱਚ ਸੇਬਾਂ ਦੀ ਖੇਤੀ ਕਰ ਰਹੇ ਹੋ, ਜੋ ਕਿ ਆਪਾਂ ਨਹੀਂ ਦੇਖਦੇ, ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਸੇਬ ਜਿਹੜੇ ਹੈਗੇ ਨੇ ਕਸ਼ਮੀਰ 'ਚ, ਹਿਮਾਚਲ 'ਚ ਹੋ ਰਹੇ ਨੇ, ਡਰੈਗਨ ਫਰੂਟ ਦੀ ਖੇਤੀ ਕਰ ਰਹੇ ਹੋ, ਇਹ ਇਹ ਖੇਤੀ ਤੁਸੀਂ ਕਦੋਂ ਤੋਂ ਸ਼ੁਰੂ ਕੀਤੀ ਹੈ ਪਹਿਲਾਂ? ਸੇਬਾਂ ਦੀ ਤਾਂ 19 ਤੋਂ ਕੀਤੀ ਸੀ ਜੀ, ਅਤੇ ਡਰੈਗਨ ਫਰੂਟ ਦੀ ਕੀਤੀ ਸੀ 21 'ਚ। ਤਾਂ ਪੰਜਾਬ ਦੇ ਵਿੱਚ ਤੁਸੀਂ ਖੇਤੀ ਕਰ ਰਹੇ ਹੋ, ਕਿਤੇ ਨਾ ਕਿਤੇ ਮੁਨਾਫਾ ਹੋ ਰਿਹਾ ਸੀ ਕਣਕ ਝੋਨੇ ਤੋਂ ਬਾਅਦ? ਹਾਂਜੀ, ਮੁਨਾਫਾ ਵਧੀਆ ਹੋ ਜਾਂਦਾ ਜੀ। ਤਾਂ ਹੁਣ ਕੀ ਨੁਕਸਾਨ ਝੱਲਣਾ ਪੈ ਰਿਹਾ ਤੁਹਾਨੂੰ? ਨੁਕਸਾਨ ਤਾਂ ਇਹ ਹੈ ਜੀ, ਦੇਖੋ ਗਰਮੀ ਨਾਲ ਨਾ ਜਿਹੜੀ ਆਹ ਹੁਣ ਬੂਟੇ, ਆਹ ਜਿਹੜੇ ਪੱਤੇ ਨੇ ਇਹਨਾਂ ਦੇ ਪੀਲੇ ਪੈ ਗਏ, ਤਾਂ ਇਹਨਾਂ ਨੂੰ ਲੱਗਣਾ ਕੁਛ ਨਹੀਂ, ਇਹਨਾਂ ਨੇ ਕਟਿੰਗ ਕਰਨੀ ਪੈਣੀ ਹੈ। ਇਹ ਗਰਮੀ ਕਰਕੇ ਹੀ ਹੈ ਜੀ, ਇਹਨਾਂ ਨੂੰ ਜਿੰਨੇ ਮਰਜ਼ੀ ਸਪਰੇਅ ਕਰੀ ਜਾਓ, ਆਹ ਗਰਮੀ ਦੀ ਅਸਰ ਹੈ ਜੀ ਸਾਰਾ ਇਹਦੇ 'ਤੇ। ਠੀਕ ਹੈ, ਹਾਂਜੀ, ਇਹਨਾਂ ਨੂੰ ਹੁਣ ਫਲ ਨਹੀਂ ਲੱਗਣੇ, ਇਹਨੇ ਸਗੋਂ ਕਟਿੰਗ ਕਰਨੀ ਪੈਣੀ, ਇਹਨਾਂ ਦੀ ਸਾਂਭ ਸੰਭਾਲ ਸਗੋਂ ਜ਼ਿਆਦਾ ਚੱਕਣੀ ਪੈਣੀ ਹੈ ਤੁਹਾਨੂੰ। ਤਾਂ ਗਰਮੀ ਜ਼ਿਆਦਾ ਹੋਣ ਕਾਰਨ ਡਰੈਗਨ ਫਰੂਟ ਨੂੰ ਨੁਕਸਾਨ ਹੋਇਆ? ਹਾਂਜੀ, ਨਹੀਂ ਜੇ ਆਹ ਗਰਮੀ ਨਾ ਪੈਂਦੀ ਤਾਂ ਹੁਣ ਇਹਨੂੰ ਫਲ ਲੱਗਣਾ ਸ਼ੁਰੂ ਹੋ ਜਾਣਾ ਸੀ। ਤਾਂ ਵੱਡੇ ਪੱਧਰ ਦਾ ਨੁਕਸਾਨ, ਕਿਉਂਕਿ ਜਦੋਂ ਫਲ ਨਹੀਂ ਲੱਗ ਰਿਹਾ, ਮਿਹਨਤ ਤੁਹਾਡੀ ਉਸੇ ਲੈਵਲ ਦੀ ਹੋ ਰਹੀ? ਹਾਂਜੀ, ਇਹਦੇ ਨਾਲ ਇਹ ਹੈ ਜਿਵੇਂ ਹੁਣ ਸਾਡਾ ਮਈ 'ਚ ਫਲ ਆ ਗਿਆ ਸੀ ਪਹਿਲਾਂ, ਜੇ ਉਹ ਗਰਮੀ ਇੰਨੀ ਨਾ ਪੈਂਦੀ ਤਾਂ ਹੁਣ ਉਹਦਾ 2-3 ਵਾਰੀ ਹੋਰ ਫਲਾਵਰਿੰਗ ਹੋ ਜਾਣੀ ਸੀ, ਨਹੀਂ ਹੁਣ ਇਹ ਜਾ ਕੇ ਜੁਲਾਈ ਅਗਸਤ 'ਚ ਹੋਏਗੀ ਜੀ। ਠੀਕ ਹੈ, ਤਾਂ ਇੱਧਰ ਆਪਾਂ ਸੇਬਾਂ ਵੱਲ ਜਾਂਦੇ ਹਾਂ। ਪੰਜਾਬ ਦੇ ਵਿੱਚ ਸੇਬ ਜਿਹੜੇ ਹੈਗੇ ਨੇ ਉਗਾ ਰਹੇ ਨੇ, ਇੱਕ ਨਵੇਕਲੀ ਜਿਹੜੀ ਸ਼ੁਰੂਆਤ ਆ ਇਹਨਾਂ ਨੇ ਕੀਤੀ, ਪਰ ਕਿਤੇ ਨਾ ਕਿਤੇ ਮੌਸਮ ਜਿਹੜਾ ਹੈਗਾ ਉਹ ਸਾਥ ਨਹੀਂ ਦੇ ਰਿਹਾ। 2019 ਦੇ ਵਿੱਚ ਸੇਬਾਂ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ, ਵਧੀਆ ਮੁਨਾਫਾ ਦੱਸ ਰਹੇ ਨੇ। ਸਰ, ਤੁਸੀਂ 2019 ਤੋਂ ਸ਼ੁਰੂਆਤ ਕੀਤੀ ਹੈ, ਜਦੋਂ ਸ਼ੁਰੂਆਤ ਕੀਤੀ ਆ ਕਿਤੇ ਨਾ ਕਿਤੇ ਉਦੋਂ ਕਿਸ ਪੱਧਰ ਦਾ ਜਿਹੜਾ ਮੁਨਾਫਾ ਹੋਇਆ ਸੀ? ਇਹ 2021 'ਚ ਆਇਆ ਸੀ ਜੀ ਪਹਿਲੀ ਵਾਰੀ ਫਲ। ਹਾਂਜੀ, ਅਤੇ ਵਧੀਆ ਸੇਲ ਹੋ ਗਈ ਸੀ ਉਦੋਂ, 100-125 ਨੂੰ ਕਿਲੋ ਵਿਕ ਗਿਆ ਸੀ ਵਧੀਆ। ਠੀਕ ਹੈ, ਤਾਂ ਹੁਣ ਫਿਰ ਗਰਮੀ ਦਾ ਪ੍ਰਕੋਪ ਕਦੋਂ ਪੈਣਾ ਸ਼ੁਰੂ ਹੋਇਆ, ਇਹ ਸੇਬ ਪੱਕਦਾ ਕਦੋਂ ਆ ਪੰਜਾਬ ਵਾਲਾ? ਪੱਕਣਾ ਤਾਂ ਅੱਧ ਮਈ ਤੋਂ ਬਾਅਦ ਅੱਧ ਜੂਨ ਤੱਕ ਹੀ ਰਹਿਣਾ ਹੁੰਦਾ, ਅਤੇ ਥੋੜ੍ਹਾ ਜਿਹਾ ਐਤਕੀ ਮੌਸਮ ਖਰਾਬ ਹੋਣ ਕਰਕੇ ਇਹ ਹੈ ਵੀ ਇਹਦਾ ਸਾਈਜ਼ ਵੱਡਾ ਨਹੀਂ ਹੋਇਆ ਜੀ। ਅਤੇ ਅਗਰ ਆਪਾਂ ਰੰਗ ਦੀ ਗੱਲ ਕਰੀਏ ਤਾਂ ਰੰਗ ਹਰਿਆਲੀ ਅਤੇ ਪੀਲਕ ਦੇ ਵਿੱਚ ਆ, ਤਾਂ ਇਹ ਪੱਕਿਆ ਹੈਗਾ ਜਾਂ ਨਹੀਂ ਪੱਕਿਆ ਹੁਣ? ਨਹੀਂ, ਹਰਾ ਤਾਂ ਜੇ ਕੱਚਾ ਜੀ, ਇਹ ਜ਼ਿਆਦਾ ਪੀਲੇ ਹੀ ਹੈ, ਪੱਕੇ ਉਹ ਹੀ ਹੈ, ਇਹਦਾ ਸਾਈਜ਼ ਪੂਰਾ ਨਹੀਂ ਹੋਇਆ ਜੀ, ਇਹ ਗੋਲਡਨ ਹੈ, ਇਹਨੇ ਪੀਲੇ ਰੰਗ 'ਚ ਹੀ ਰਹਿਣਾ ਹੁੰਦਾ ਜੀ। ਅਸੀਂ ਦੇਖ ਰਹੇ ਹਾਂ ਤੁਹਾਡੇ ਜ਼ਿਆਦਾਤਰ ਜਿਹੜੇ ਫਲ ਨੇ ਉਹ ਨੀਚੇ ਝੜ ਕੇ ਗਿਰ ਰਹੇ ਨੇ, ਤਾਂ ਇਹ ਇਹ ਨੁਕਸਾਨ ਕਿਸ ਪੱਧਰ ਦਾ ਹੋ ਰਿਹਾ? ਇਹ ਨੁਕਸਾਨ ਤਾਂ 60-70% ਤਕਰੀਬਨ, ਮਾੜੀ ਜਿਹੀ ਹਵਾ ਹੁੰਦੀ ਹੈ ਤਾਂ ਗਿਰ ਕੇ ਥੱਲੇ ਹੋ ਜਾਂਦਾ ਜੀ ਸਾਰਾ ਇਹ। ਤਾਂ ਪਹਿਲਾ ਨੁਕਸਾਨ ਗਰਮੀ ਦਾ, ਦੂਜਾ ਨੁਕਸਾਨ ਹੁਣ ਹਵਾਵਾਂ ਦਾ ਹੋ ਰਿਹਾ, ਨੀਰੀ ਦਾ ਹੋ ਰਿਹਾ। ਹਾਂਜੀ ਹਾਂਜੀ, ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਬਦਲਵੀਂ ਖੇਤੀ ਸ਼ੁਰੂ ਕੀਤੀ ਸੀ ਕਿ ਕਣਕ ਝੋਨੇ ਤੋਂ ਅਸੀਂ ਜਿਹੜਾ ਡੇਂਜਰ ਜ਼ੋਨ 'ਚ ਪੰਜਾਬ ਜਾ ਰਿਹਾ, ਪਾਣੀ ਦੀ ਕਮੀ ਆ ਰਹੀ ਆ, ਉਹ ਤੋਂ ਬਦਲੀਏ, ਪਰ ਹੁਣ ਕੁਦਰਤ ਸਾਥ ਨਹੀਂ ਦੇ ਰਹੀ। ਚਲੋ, ਉਹ ਤਾਂ ਹੁਣ ਕੁਦਰਤ ਨੂੰ ਤਾਂ ਆਪਾਂ ਨਹੀਂ ਕੁਛ ਕਹਿ ਸਕਦੇ, ਕੁਦਰਤ ਤਾਂ ਕੁਦਰਤੀ ਹੈ, ਉਹਦੇ ਕਹਿਣੇ 'ਚ ਤਾਂ ਸਾਨੂੰ ਚੱਲਣਾ ਹੀ ਪੈਣਾ ਜੀ, ਉਹਦਾ ਭਾਣਾ ਮੰਨਣਾ ਪੈਣਾ, ਅਤੇ ਇਹ ਹੈ ਵੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਕੁਛ ਫਰਕ ਤਾਂ ਪਏਗਾ ਜੀ, ਹੁਣ ਹੱਥ ਝੜ ਕੇ ਬੈਠ ਜਾਵਾਂਗੇ ਤਾਂ ਫਿਰ ਕੁਛ ਵੀ ਨਹੀਂ ਮਿਲਣਾ ਜੀ। ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਥੋੜ੍ਹਾ ਸਰਲ ਭਾਸ਼ਾ 'ਚ ਅਗਰ ਸਮਝਾਓ ਤਾਂ ਕਿੰਨਾ ਕੁ ਨੁਕਸਾਨ ਹੋ ਰਿਹਾ, ਅਗਰ ਇਹ ਫਲ ਸਹੀ ਹੁੰਦਾ ਤਾਂ ਕਿੰਨਾ ਕੁ ਫਾਇਦਾ ਹੋਣਾ ਸੀ, ਜਿਹੜਾ ਹੁਣ ਤੁਹਾਨੂੰ ਨੁਕਸਾਨ 'ਚ ਲੈਣਾ ਪੈ ਰਿਹਾ? ਇਹ ਨਾਲ ਵੀ 20-25 ਕਿਲੋ ਤਕਰੀਬਨ ਹੋ ਹੀ ਜਾਂਦਾ ਜੀ ਇੱਕ ਬੂਟੇ ਤੋਂ, ਅਤੇ ਉਹ ਲਾਓ ਵੀ 2000 ਦੇ ਅੱਟੇ ਸੱਟੇ ਹੋ ਜਾਂਦਾ ਜੀ, ਜੇ ਪ੍ਰੋਪਰ ਵਧੀਆ ਹੋ ਜੇ, ਅਤੇ ਹੁਣ ਤਾਂ ਸਾਰਾ ਤਕਰੀਬਨ ਨਾ ਮਾਤਰ ਵਾਲੇ ਕੰਮ ਹੈ ਜੀ। ਤਾਂ ਪਹਿਲਾਂ ਮੈਂ ਤਸਵੀਰਾਂ ਵੀ ਦਿਖਾਊਂਗਾ ਕਿ ਜਿਹੜੇ ਜ਼ਿਆਦਾਤਰ ਬੂਟੇ ਨੇ ਉਹਨਾਂ ਦੇ ਉੱਪਰ ਫਲ ਲਗਭਗ ਨਹੀਂ ਪੈ ਰਿਹਾ, ਜਿਹੜਾ ਫਲ ਪੈਂਦਾ ਉਹ ਹਵਾਵਾਂ ਕਰਕੇ, ਹਨੇਰੀ ਕਰਕੇ ਪੱਕ ਜਾਂਦਾ, ਕਿਉਂਕਿ ਗਰਮੀ ਇੰਨੀ ਕੁ ਜ਼ਿਆਦਾ ਜਿਹੜੀ ਜਿੱਥੇ ਆਮ ਜਨ ਜੀਵਨ ਨੂੰ ਨੁਕਸਾਨ ਕਰ ਰਹੀ ਆ, ਉੱਥੇ ਜਿਹੜੇ ਸੇਬਾਂ ਦੀ ਸ਼ੁਰੂਆਤ ਕੀਤੀ ਸੀ ਕਿਸਾਨ ਨੇ, ਤਾਂ ਉਹਦਾ ਵੀ ਵੱਡਾ ਨੁਕਸਾਨ ਹੋ ਰਿਹਾ। ਤਾਂ ਇਹ ਤਸਵੀਰ ਜ਼ਰੂਰ ਦਿਖਾਉਣੀ ਚਾਹਾਂਗੇ ਆਪਾਂ ਕਿ ਜਿਹੜੇ ਪੰਜਾਬ ਦੇ ਵਿੱਚ ਇੱਕ ਸੇਬਾਂ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਸੇਬ ਪੀਲੇ ਹੋ ਰਹੇ ਨੇ, ਪਰ ਉਹਦਾ ਸਾਈਜ਼ ਆ ਜਿਹੜਾ ਉਹ ਵੱਡਾ ਨਹੀਂ ਹੋ ਰਿਹਾ। ਜਿਵੇਂ ਇੱਕ ਨਿੰਬੂ ਦਾ ਫਲ ਹੁੰਦਾ ਤਾਂ ਨਿੰਬੂ ਦੇ ਫਲ ਦੇ ਵਾਂਗ ਜਿਹੜਾ ਸੇਬ ਦਾ ਫਲ ਆ ਉਹ ਦਿਖਾਈ ਦੇ ਰਿਹਾ, ਤਾਂ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ? ਐਡਾ ਵੱਡਾ ਨੁਕਸਾਨ ਹੋਇਆ, ਜਦੋਂ ਕਿ ਕੁਦਰਤੀ ਆਫਤ ਹੁੰਦੀ ਹੈ ਤਾਂ ਸਰਕਾਰ ਦੀਆਂ ਬਹੁਤ ਸਕੀਮਾਂ ਹੁੰਦੀਆਂ ਨੇ ਕਿਸਾਨ ਦੀ ਮਦਦ ਕਰਨ ਦੀਆਂ। ਤਾਂ ਹੁਣ ਤੁਸੀਂ ਬਾਗਬਾਨੀ ਵਿਭਾਗ ਨਾਲ ਜਾਂ ਖੇਤੀਬਾੜੀ ਵਿਭਾਗ ਨਾਲ ਕੋਈ ਗੱਲਬਾਤ ਕੀਤੀ ਆ?
ਨਹੀਂ, ਅਸੀਂ ਤਾਂ ਕਿਸੇ ਨਾਲ ਨਹੀਂ ਜੀ ਕੀਤੀ। ਬਾਕੀ ਇਹਨਾਂ ਨੇ ਸਰਕਾਰਾਂ ਨੇ ਕਿਹੜਾ ਕੁਛ ਦੇਣਾ ਹੁੰਦਾ ਜੀ, ਇਹ ਤਾਂ ਆਪ ਹੀ ਜੁਲਣਾ ਪੈਂਦਾ ਜੀ ਸਾਰਾ ਕੁਛ। ਤਾਂ ਹੁਣ ਅਗਰ ਤੁਸੀਂ ਕੋਸ਼ਿਸ਼ ਕਰੋ ਤਾਂ ਲੱਗਦਾ ਕਿ ਇਸ ਚੀਜ਼ ਦੀ ਤੁਹਾਡੀ ਕੋਈ ਮਦਦ ਹੋ ਸਕਦੀ ਹੈ, ਕਿਉਂਕਿ ਤੁਸੀਂ ਤਾਂ ਇੱਕ ਨਵੇਕਲੀ ਪਹਿਲ ਕੀਤੀ ਸੀ। ਨਹੀਂ, ਕੋਸ਼ਿਸ਼ ਤਾਂ ਕਾਹਨੂੰ ਕਰਾਂਗੇ, ਜੇ ਮੰਗਾਂਗੇ ਤਾਂ ਪਰਮਾਤਮਾ ਤੋਂ ਹੀ ਮੰਗਾਂਗੇ, ਗੌਰਮੈਂਟਾਂ ਨੇ ਕਿਸੇ ਨੇ ਕੀ ਦੇਣਾ ਜੀ। ਪਰ ਅਗਰ ਕੁਦਰਤੀ ਆਫ਼ਤ ਦੀ ਆਪਾਂ ਗੱਲ ਕਰੀਏ, ਜਿਵੇਂ ਇਸ ਵਾਰ ਤੁਹਾਨੂੰ ਗਰਮੀ ਦੇ ਕਾਰਨ ਵੱਡਾ ਨੁਕਸਾਨ ਹੋਇਆ, ਤੁਸੀਂ ਬਦਲਾਵ ਕੀਤਾ ਸਹੀ ਸੋਚ ਕੇ ਕਿ ਕਣਕ ਝੋਨੇ 'ਚੋਂ ਨਿਕਲ ਕੇ ਅਸੀਂ ਫਲਾਂ ਦੀ ਜਿਹੜੀ ਖੇਤੀ ਹੈ ਕਰੀਏ, ਪਰ ਹੁਣ ਜਿਹੜਾ ਕੁਦਰਤ ਸਾਥ ਨਹੀਂ ਦੇ ਰਹੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ, ਤਾਂ ਇਹੀ ਫਲਾਂ ਦੀ ਖੇਤੀ ਕਰੂੰਗਾ ਜਾਂ ਦੁਬਾਰਾ ਫਿਰ ਕਣਕ ਝੋਨੇ ਵੱਲ ਜਾਊਂ? ਨਹੀਂ ਨਹੀਂ, ਖੇਤੀ ਤਾਂ ਹੁਣ ਫਲ ਜਿਹੜੇ ਲਾਏ ਹੋਏ ਨੇ ਇਹਨਾਂ ਦੀ ਤਾਂ ਨਹੀਂ ਛੱਡਦੇ, ਇਹਨਾਂ ਦੇ ਵਿੱਚ ਸਗੋਂ ਨਵੇਂ ਬੂਟੇ ਲਿਆ ਕੇ ਲਾਵਾਂਗੇ, ਵੀ ਘੱਟੋ ਘੱਟ ਮਾੜਾ ਮੋਟਾ ਇਹਦੇ ਜਿੱਤੇ ਰੁਝਾਨ ਬਣਿਆ ਰਹੇਗਾ ਜੀ। ਅਸੀਂ ਕੋਸ਼ਿਸ਼ ਕਰਾਂਗੇ, ਜੇ ਸਾਨੂੰ ਕੋਈ ਮਾਲੀ ਮੁੱਲੀ ਮਿਲ ਗਿਆ ਤਾਂ ਕੋਈ ਡੇਢ ਕੁ ਕਿੱਲਾ ਹੋਰ ਵਧਾਵਾਂਗੇ, ਨਹੀਂ ਇਹਨੂੰ ਤਾਂ ਨਹੀਂ ਜੀ ਛੱਡਦੇ, ਇਹਨਾਂ ਨੂੰ ਤਾਂ ਕਰਦੇ ਰਹਾਂਗੇ, ਕੋਈ ਨਵੇਂ ਬੂਟੇ ਲਾਈ ਜਾਵਾਂਗੇ ਇਹਨਾਂ 'ਚ। ਤਾਂ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ, ਪਰ ਅਗਰ ਹੁਣ ਬਰਸਾਤਾਂ ਆ ਜਾਂਦੀਆਂ ਨੇ, ਮੌਸਮ 'ਚ ਫਰਕ ਪੈਂਦਾ, ਤਾਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੁਛ ਰਾਹਤ ਮਿਲੂਗੀ? ਨਹੀਂ, ਜਿਹੜਾ ਮੌਸਮ ਚੇਂਜ ਹੋਏਗਾ ਜਾਂ ਮੌਨਸੂਨ ਆਏਗੀ, ਉਹਦਾ ਅਸਰ ਤਾਂ ਬੂਟਿਆਂ 'ਤੇ ਹੋਣੀ ਹੈ, ਉਹ ਤਾਂ ਬੂਟਿਆਂ ਨੂੰ ਵਾਸਤੇ ਇੱਕ ਵਰਦਾਨ ਹੁੰਦੀ ਹੈ ਇਹ ਚੀਜ਼, ਉਹਦਾ ਫਰਕ ਤਾਂ ਪੈਣਾ ਹੀ ਹੈ ਹਰ ਇੱਕ ਬੂਟੇ 'ਤੇ।